ਗੁਰੂ ਵਾਹਿ ਵਾਹਿ ਗੁਰੂ 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 ਵਾਹਿ ਵਾਹਿ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਨ ਨਿਰਮਲ ਕਰਨੀ ਸਾਧ ਸੰਗਤ ਕਾ ਅੰਚਲ ਲਾਹੋ ਬਿਖਮ ਨਦੀ ਜਾਏ ਤਰਨੀ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸਲੋਕ ਮਹੱਲਾ ਤੀਜਾ ਸਤਿਗੁਰ ਤੇ ਖਾਲੀ ਕੋ ਨਹੀਂ ਮੇਰਾ ਪ੍ਰਭ ਮੇਲ ਮਿਲਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੇ ਹਾ ਕੋ ਇੱਛੇ ਤੇ ਹਾ ਫਲ ਪਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁੱਖ ਗਵਾਏ ਹਰ ਰਸ ਪੀ ਸੰਤੋਖ ਹੋਆ ਸੱਚ ਵਸਿਆ ਮਨ ਆਏ ਸੱਚ ਤੇ ਆਏ ਅਮਰਾ ਪਦ ਪਾਇਆ ਅਨਹਦ ਸ਼ਬਦ ਵਜਾਏ ਸੱਚੋ ਦਹਿ ਦਿਸ ਪਸਰਿਆ ਗੁਰ ਕਾ ਸਹਿਜ ਸੁਭਾਏ ਨਾਨਕ ਜਿਨ ਅੰਦਰ ਸੱਚ ਹੈ ਸੇ ਜਨ ਛਪ ਹੈ ਨਾ ਕਿਸੈ ਦੇਸ਼ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜੀ ਹੋਈ ਵਰਗ ਭਾਗੀ ਸਾਧ ਸੰਗਤ ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ ਇਸ ਭਾਗ ਕੜੀ ਸਤਸੰਗ ਦੀ ਸਾਨੂੰ ਪ੍ਰਾਪਤ ਹੋਈ ਹੈ। ਬਲਾਵਲ ਕੀ ਵਾਰ
ਜੋ ਚੌਥੇ ਪਾਤਸ਼ਾਹ ਦੁਆਰਾ ਉਚਾਰੀ ਗਈ ਹੈ, ਇਸ ਦੀ ਲੜੀਵਾਰ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ। ਅੱਜ ਚੌਥੀ ਪੌੜੀ ਦੀ ਵਿਚਾਰ ਆਪਾਂ ਸਰਵਣ ਕਰਨੀ ਹੈ। ਇਸ ਪੌੜੀ ਦੇ ਨਾਲ ਜੋ ਪਹਿਲਾ ਸਲੋਕ ਹੈ ਉਸਦਾ ਪਾਠ ਆਪਾਂ ਹੁਣ ਸਰਵਣ ਕੀਤਾ ਹੈ। ਕੱਲ੍ਹ ਆਪਾਂ ਸਤਿਗੁਰੂ ਜੀ ਦਾ ਪਾਵਨ ਉਪਦੇਸ਼ ਸਰਵਣ ਕਰ ਰਹੇ ਸੀ। ਬ੍ਰਾਹਮਣ ਉਹ ਨਹੀਂ ਹੈ ਜਿਸਨੇ ਧੋਤੀ ਬੰਨ੍ਹੀ ਹੋਈ ਹੈ, ਸਿਰ 'ਤੇ ਟੋਪੀ ਪਾਈ ਹੋਈ ਹੈ, ਸਿਰ ਮੂੰਹ ਮੁੰਨਿਆ ਹੋਇਆ ਹੈ, ਗਲ ਜਨੇਊ ਪਾਇਆ ਹੋਇਆ ਹੈ, ਮੱਥੇ ਤਿਲਕ ਲਾਇਆ ਹੋਇਆ ਹੈ। ਸਤਿਗੁਰੂ ਜੀ ਨੇ ਦੱਸਿਆ ਬ੍ਰਾਹਮਣ ਤਾਂ ਉਹ ਹੈ ਜਿਹੜਾ ਵਾਹਿਗੁਰੂ ਪਰਮੇਸ਼ੁਰ ਦੀ ਪਹਿਚਾਣ ਕਰ ਲੈਂਦਾ ਹੈ, ਜਿਹੜਾ ਗੁਰੂ ਨੂੰ ਧਿਆ ਧਿਆ ਕੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਆਪਣੇ ਹਉਮੈ ਦੇ ਰੋਗ ਨੂੰ ਗਵਾ ਲੈਂਦਾ ਹੈ, ਹਰ ਵੇਲੇ ਹੀ ਪਰਮੇਸ਼ੁਰ ਦੇ ਗੁਣਾਂ ਨੂੰ ਯਾਦ ਕਰਦਾ ਹੈ ਅਤੇ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਇਕੱਠੇ ਕਰਦਾ ਰਹਿੰਦਾ ਹੈ, ਉਹ ਬ੍ਰਾਹਮਣ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਵੀ ਸਮਝਾਇਆ ਕਿ ਕੇਵਲ ਭੇਖ ਪਾ ਲਿਆ ਧਰਮ ਦਾ, ਗੁਰੂ ਦੀ ਸੇਵਾ ਨਹੀਂ ਕੀਤੀ, ਗੁਰੂ ਦੇ ਉਪਦੇਸ਼ ਨੂੰ ਸੁਣਿਆ ਨਹੀਂ, ਮੰਨਿਆ ਨਹੀਂ, ਗੁਰੂ ਸ਼ਬਦ ਨਾਲ ਪ੍ਰੇਮ ਨਹੀਂ ਪੈਦਾ ਹੋਇਆ, ਫਿਰ ਜਿੰਨੇ ਵੀ ਧਰਮ ਦੇ ਨਾਮ 'ਤੇ ਕਰਮ ਕਰਦਾ ਉਹ ਸਾਰੇ ਹਉਮੈ ਦੇ ਅਧੀਨ ਹਨ, ਮੈਂ ਕਰਦਾ ਫਿਰਦਾ, ਬਹੁਤਾ ਸੰਸਾਰੀ ਸਵਾਦਾਂ 'ਚ ਪਿਆ ਰਹਿੰਦਾ। ਅਜਿਹੇ ਮਨਮੁੱਖ ਜਿਹੜੇ ਹਨ ਭਾਵੇਂ ਕਿੰਨੇ ਧਾਰਮਿਕ ਕਰਮ ਕਰ ਲੈਣ, ਉਹ ਜਨਮ ਮਰਨ ਦੇ ਚੱਕਰ 'ਚ ਪੈ ਰਹਿੰਦੇ ਹਨ। ਪਰ ਜਿਹੜੇ ਗੁਰੂ ਦੇ ਸਨਮੁਖ ਹੋ ਜਾਂਦੇ ਹਨ, ਗੁਰੂ ਦੇ ਸਨਮੁਖ ਹੋ ਕੇ ਗੁਰੂ ਵਾਲੇ ਬਣ ਕੇ ਪਰਮੇਸ਼ਰ ਨੂੰ ਸਿਮਰਦੇ ਹਨ, ਨਾਮ ਧੰਨ ਨੂੰ ਇਕੱਠਾ ਕਰਦੇ ਹਨ, ਉਹਨਾਂ ਦਾ ਜਨਮ ਸਫਲਾ ਹੋ ਜਾਂਦਾ ਹੈ। ਇਸੇ ਤਰ੍ਹਾਂ ਮਹਾਰਾਜ ਨੇ ਸਮਝਾਇਆ ਕਿ ਗੁਰੂ ਘਰ ਦੇ ਵਿੱਚ ਸਾਰੀਆਂ ਵਡਿਆਈਆਂ ਨਾਮ ਦੀਆਂ ਹਨ। ਗੁਰੂ ਮਹਾਰਾਜ ਵਾਰ ਵਾਰ ਇਹੀ ਉਪਦੇਸ਼ ਦ੍ਰਿੜ ਕਰਾਉਂਦੇ ਹਨ ਕਿ ਪਿਆਰਿਓ, ਨਾਮ ਦੇ ਵਿੱਚ ਚਿੱਤ ਜੋੜ ਲਓ, ਨਾਮ ਦੇ ਰਾਹੀਂ ਤੁਹਾਡੀਆਂ ਸਾਰੀਆਂ ਆਸਾਂ ਪੂਰੀਆਂ ਹੋ ਜਾਣਗੀਆਂ। ਸੋ ਇਸੇ ਤਰ੍ਹਾਂ ਹੀ ਮਹਾਰਾਜ ਨੇ ਇਹ ਵੀ ਸਮਝਾਇਆ ਕਿ ਤੁਹਾਡੇ ਮਨ ਦੇ ਵਿੱਚ ਕੋਈ ਗੱਲ ਹੈ, ਤੁਸੀਂ ਚਾਹੁੰਦੇ ਹੋ ਕਿ ਆਹ ਮੈਨੂੰ ਪ੍ਰਾਪਤ ਹੋਵੇ, ਆਹ ਮੈਨੂੰ ਮਿਲਣਾ ਚਾਹੀਦਾ ਹੈ, ਅਤੇ ਉਹਦੇ ਵਾਸਤੇ ਰੌਲਾ ਪਾਉਣ ਦੀ ਲੋੜ ਨਹੀਂ ਹੈ, ਕਿਸੇ ਦੇ ਕੋਲੋਂ ਅਰਦਾਸ ਕਰਾਉਣ ਦੀ ਲੋੜ ਨਹੀਂ ਹੈ, ਤੁਸੀਂ ਗੁਰੂ ਦੇ ਕੋਲ ਆ ਕੇ ਪਿਆਰ ਦੇ ਨਾਲ ਬੈਠੋ, ਆਪਣੀ ਗੱਲ ਜਿਹੜੀ ਹੈ ਗੁਰੂ ਨਾਲ ਸਾਂਝੀ ਕਰੋ। ਹੁਣ ਇਹ ਗੱਲ ਵਿਸ਼ਵਾਸ ਦੀ ਹੈ, ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨ ਕੇ ਕੋਲ ਬੈਠਾਂਗੇ ਕਿ ਆਪ ਮਹਾਰਾਜ ਹਾਜ਼ਰ ਨਾਜ਼ਰ ਹਨ, ਫਿਰ ਕੋਈ ਸੰਸਾ ਨਹੀਂ ਹੈ ਕਿ ਮਹਾਰਾਜ ਸਾਡੀ ਗੱਲ ਨਾ ਸੁਣ। ਜੇ ਆਪਾਂ ਇਹ ਮੰਨ ਲਾਂਗੇ ਕਿ ਇਹ ਤਾਂ ਗ੍ਰੰਥ ਹੈ, ਇਹ ਤਾਂ ਮਹਾਰਾਜ ਦੀ ਬਾਣੀ ਹੈ, ਅੱਖਰ ਲਿਖੇ ਹੋਏ ਹਨ, ਫਿਰ ਨਹੀਂ। ਜੋ ਦਸਮ ਪਾਤਸ਼ਾਹ ਦਾ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਹੀ ਗੁਰਸਿੱਖੋ ਤੁਹਾਡੇ ਗੁਰੂ ਹਨ, ਇਸ ਕਰਕੇ ਤੁਸੀਂ ਜੋ ਵੀ ਮੰਗਣਾ ਹੈ ਉਹ ਗੁਰੂ ਦੇ ਨਾਲ ਹੀ ਗੱਲ ਕਰਨੀ ਹੈ। ਦਸਮ ਪਾਤਸ਼ਾਹ ਨੂੰ ਸਵਾਲ ਵੀ ਕੀਤਾ ਸੀ ਆਖਰੀ ਸਮੇਂ, ਮਹਾਰਾਜ
ਤੁਹਾਡੇ ਸਰੀਰ ਤੋਂ ਬਾਅਦ ਹੁਣ ਤਾਂ ਰੋਜ਼ ਅਸੀਂ ਦਰਸ਼ਨ ਕਰਦੇ ਹਾਂ ਅੱਖਾਂ ਨਾਲ, ਬਾਅਦ 'ਚ ਦਰਸ਼ਨ ਕਿਵੇਂ ਹੋਣਗੇ? ਤਾਂ ਭਾਈ ਨੰਦ ਲਾਲ ਜੀ ਨੇ, ਜੋ ਮਹਾਰਾਜ ਦੇ ਹਜ਼ੂਰੀ ਕਵੀ ਸਨ, ਉਹਨਾਂ ਨੇ ਸਭ ਕੁਝ ਲਿਖਿਆ ਹੋਇਆ ਹੈ ਤਨਖਾਹਨਾਮੇ ਦੇ ਵਿੱਚ। ਦਸਮ ਪਾਤਸ਼ਾਹ ਨੇ ਕਿਹਾ, ਮੇਰਾ ਰੂਪ ਗ੍ਰੰਥ ਜੀ ਜਾਣ, ਜਾਂ ਮੈਂ ਫਿਰ ਨਾ ਰੰਚ ਪਛਾਣ। ਜੋ ਮੋਹੇ ਦਰਸ਼ਨ ਕੀ ਚਾਹੇ, ਦਰਸ਼ਨ ਕਰੇ ਗ੍ਰੰਥ ਜੀ ਆਹੇ। ਜਿਹਨੇ ਮੇਰੇ ਦਰਸ਼ਨ ਕਰਨੇ ਹਨ, ਗੁਰੂ ਗ੍ਰੰਥ ਸਾਹਿਬ ਜੀ ਦੇ ਆ ਕੇ ਦਰਸ਼ਨ ਕਰਿਆ ਕਰੋ, ਇਹਨੂੰ ਹਾਜ਼ਰ ਨਾਜ਼ਰ ਗੁਰੂ ਸਮਝਿਆ ਕਰੋ। ਗੁਰੂ ਗ੍ਰੰਥ ਸਾਹਿਬ ਅਤੇ ਮੇਰੇ ਵਿੱਚ, ਮਹਾਰਾਜ ਨੇ ਕਿਹਾ, ਕੋਈ ਭੇਦ ਨਹੀਂ ਹੈ, ਫਰਕ ਨਹੀਂ ਸਮਝਣਾ ਤੁਸਾਂ। ਫਿਰ ਸਿੱਖਾਂ ਨੇ ਕਿਹਾ, ਮਹਾਰਾਜ ਤੁਹਾਡੇ ਨਾਲ ਤਾਂ ਗੱਲਬਾਤ ਕਰ ਲੈਂਦੇ ਹਾਂ, ਤੁਹਾਡੇ ਬਚਨ ਅਸੀਂ ਸੁਣਦੇ ਹਾਂ ਤੁਹਾਡੇ ਕੋਲ ਬੈਠ ਕੇ। ਜਦੋਂ ਤੁਸੀਂ ਸਰੀਰ ਹੀ ਤਿਆਗ ਦਿੱਤਾ ਹੁਣ, ਤਾਂ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਗੱਲਾਂ ਕਿਵੇਂ ਕਰਿਆ ਕਰਾਂਗੇ? ਗੁਰੂ ਮਹਾਰਾਜ ਤੁਹਾਡੇ ਬਚਨ ਕਿਵੇਂ ਸੁਣਿਆ ਕਰਾਂਗੇ? ਮਹਾਰਾਜ ਨੇ ਫਿਰ ਜਵਾਬ ਦਿੱਤਾ, ਜੋ ਮਮ ਸਾਥ ਚਾਹੇ ਕਰਨ ਕਰ ਬਾਤ, ਗ੍ਰੰਥ ਜੀ ਵਿਚਾਰੇ, ਗ੍ਰੰਥ ਜੀ ਪੜ੍ਹੇ ਵਿਚਾਰੇ ਸਾਥ। ਤੁਸੀਂ ਮੇਰੇ ਨਾਲ ਗੱਲਾਂ ਕਰਨੀਆਂ ਹਨ ਤਾਂ ਗੁਰੂ ਗ੍ਰੰਥ ਸਾਹਿਬ ਜੋ ਬਾਣੀ ਆਈ ਹੈ, ਇਸ ਨੂੰ ਸਮਝ ਸਮਝ ਕੇ ਪੜ੍ਹਿਆ ਕਰੋ। ਇਹੀ ਮੇਰੇ ਨਾਲ ਗੱਲਾਂ ਹਨ। ਜੋ ਮੋਹੇ ਬਚਨ ਸੁਣ ਕੀ ਚਾਹੇ, ਗੁਰਬਾਣੀ ਸੁਣੇ ਹਿਤ ਚਿਤ ਲਾਏ। ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ, ਇਸ ਨੂੰ ਪ੍ਰੇਮ ਦੇ ਨਾਲ ਸੁਣੋ। ਜੇ ਮੇਰੇ ਬਚਨ ਸੁਣਨੇ ਹਨ, ਇਹੀ ਮੇਰੇ ਬਚਨ ਹਨ। ਇਹ ਮਹਾਰਾਜ ਨੇ ਨਿਬੇੜਾ ਕਰ ਦਿੱਤਾ ਹੈ ਆਪਣੇ ਹੁੰਦਿਆਂ ਹੀ ਸਰੀਰ, ਜਦੋਂ ਮਹਾਰਾਜ ਅਖੀਰਲੇ ਸਮੇਂ 1708 ਵਿੱਚ ਜੋਤੀ ਜੋਤ ਸਮਾਉਣ ਦਾ ਸਮਾਂ ਆਇਆ ਸੀ, ਉਸ ਵੇਲੇ ਸਿੱਖਾਂ ਦੇ ਜਿਹੜੇ ਬਚਨ ਹੋਏ ਹਨ, ਉਹ ਭਾਈ ਨੰਦ ਲਾਲ ਜੀ ਨੇ ਇਸ ਤਰ੍ਹਾਂ ਲਿਖੇ ਹੋਏ ਹਨ। ਸੋ ਇਹ ਜਦੋਂ ਗੁਰੂ ਦੇ ਕੋਲ ਆ ਕੇ ਬੈਠਣਾ ਹੈ, ਤਾਂ ਇਹ ਸਮਝ ਕੇ ਬੈਠਣਾ ਹੈ ਕਿ ਮੈਂ ਗੁਰੂ ਦੀ ਹਜ਼ੂਰੀ ਵਿੱਚ ਬੈਠਾ ਹੋਇਆ ਹਾਂ, ਜੋ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ। ਆਪਾਂ ਕਿਸੇ ਅਫਸਰ ਦੇ ਸਾਹਮਣੇ ਬੈਠੇ ਹੋਈਏ ਤਾਂ ਕਿਵੇਂ ਬੈਠਦੇ ਹਾਂ? ਜੇ ਉਹਨੂੰ ਮਿਲਣ ਜਾਣਾ ਹੋਵੇ ਤਾਂ ਕਿਹੋ ਜਿਹੇ ਕੱਪੜੇ ਪਾ ਕੇ ਜਾਂਦੇ ਹਾਂ? ਇਹ ਸਾਰੀਆਂ ਗੱਲਾਂ ਦਾ, ਇਹ ਅਫਸਰਾਂ ਦਾ ਵੀ ਅਫਸਰ ਹੈ। ਪਾਤਸ਼ਾਹ ਨੂੰ ਮਿਲਣ ਜਾਣਾ ਹੋਵੇ ਕਿਵੇਂ ਜਾਵਾਂਗੇ ਆਪਾਂ? ਸੋ ਇਹ ਪਹਿਲੀ ਗੱਲ ਤਾਂ ਇਹ ਹੈ ਕਿ ਮਨ ਦੇ ਵਿੱਚ ਇਹ ਦ੍ਰਿੜਤਾ ਲਿਆਉਣੀ ਆਪਣੇ ਮਨ ਦੇ ਵਿੱਚ ਕਿ ਗੁਰੂ ਗ੍ਰੰਥ ਸਾਹਿਬ ਜੀ ਜੋ ਹਨ, ਇਹਨਾਂ ਦੇ ਦਰਸ਼ਨ ਹੀ ਗੁਰੂ ਮਹਾਰਾਜ ਦਸਾਂ ਪਾਤਸ਼ਾਹੀਆਂ ਦੇ ਦਰਸ਼ਨ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੀ ਸੰਤਾਂ ਮਹਾਂਪੁਰਖਾਂ ਭਗਤਾਂ ਦੇ ਦਰਸ਼ਨ ਹਨ। ਦੇਖੋ, 16 ਭਗਤ ਹਨ ਇੱਥੇ ਗੁਰੂ ਦੇ ਪਿਆਰੇ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਕੀਤੀ ਹੋਈ ਹੈ। ਬਾਹਰੀ ਹੋਰ ਕਿਸੇ ਦਰਸ਼ਨ ਦੀ ਲੋੜ ਨਹੀਂ ਹੈ। ਜਿਵੇਂ ਰੱਬ ਦਾ ਕੋਈ ਰੂਪ ਰੰਗ ਰੇਖ ਨਹੀਂ ਹੈ, ਕੋਈ ਸਰੀਰ ਨਹੀਂ ਹੈ, ਇਸੇ ਤਰ੍ਹਾਂ ਹੀ ਗੁਰੂ ਵੀ ਹੁਣ ਸਰੀਰ ਰੂਪ ਨਹੀਂ ਹੈ, ਗੁਰੂ ਹੁਣ ਬਾਣੀ ਰੂਪ ਦੇ ਵਿੱਚ ਹੈ। ਅਤੇ ਗੁਰੂ ਨੂੰ ਜਦੋਂ ਸੁਣਨਾ ਹੋਵੇ, ਗੁਰੂ ਦੀਆਂ ਗੱਲਾਂ ਸੁਣਨੀਆਂ ਹੋਣ, ਕਥਾ ਕੀਰਤਨ ਸੁਣਿਆ ਕਰੋ। ਜਦੋਂ ਗੁਰੂ ਨਾਲ ਬਚਨ ਕਰਨੇ ਹੋਣ ਤਾਂ ਆਪ ਬਾਣੀ ਪੜ੍ਹਿਆ ਕਰੋ, ਵਿਚਾਰ ਕਰਕੇ ਸਮਝ ਸਮਝ ਕੇ ਬਾਣੀ ਨੂੰ ਪੜ੍ਹੋ। ਆਪਾਂ ਕਈ ਵਾਰੀ ਕਹਿ ਦਿੰਦੇ, ਤੇਰੀ ਗੱਲ ਦੀ ਮੈਨੂੰ ਸਮਝ ਨਹੀਂ ਆਈ ਹੈ, ਦੁਬਾਰਾ ਗੱਲ ਕਰੀ। ਇਸੇ ਤਰ੍ਹਾਂ ਹੀ ਜੇ ਸਾਨੂੰ ਗੁਰੂ ਕੋਲ ਬੈਠ ਕੇ ਬਾਣੀ ਪੜ੍ਹਦਿਆਂ ਹੋਇਆਂ ਸਮਝ ਨਾ ਆਵੇ, ਫਿਰ ਦੁਬਾਰਾ ਪੜ੍ਹੋ, ਫਿਰ ਦੁਬਾਰਾ ਪੜ੍ਹੋ। ਜਿੰਨਾ ਚਿਰ ਸਮਝ ਨਹੀਂ ਆਉਂਦੀ ਕੀ ਕਿਹਾ ਕੀ ਹੈ ਮਹਾਰਾਜ ਨੇ, ਉਹਨਾਂ ਚਿਰ ਅੱਗੇ ਨਾ ਭੱਜੋ।
ਗੁਰੂ ਕੋ ਆਪਾਂ ਕੋਈ ਸਮਝਣ ਵਾਸਤੇ ਬੈਠਦੇ ਹਾਂ। ਇਸੇ ਤਰ੍ਹਾਂ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਤਾਂ ਗੁਰੂ ਦੇ ਜਿਹੜੇ ਬਚਨ ਹਨ ਉਹਨਾਂ ਨੂੰ ਸਮਝਣ ਦੇ ਵਾਸਤੇ ਬੈਠਦੇ ਹਾਂ। ਇਸ ਕਰਕੇ ਮਹਾਰਾਜ ਕਹਿੰਦੇ ਕਿ ਇੱਕ ਤਾਂ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਗੁਰੂ ਮੰਨ ਲਓ, ਫਿਰ ਜਦੋਂ ਤੁਸੀਂ ਆ ਕੇ ਬੈਠੋਗੇ ਨਾ ਮੇਰੇ ਕੋਲ, ਮਹਾਰਾਜ ਕਹਿੰਦੇ ਮੇਰੇ ਕੋਲ ਪਾਕ ਗੁਰੂ ਗ੍ਰੰਥ ਸਾਹਿਬ ਜੀ ਕੋ ਆ ਕੇ ਬੈਠੋਗੇ ਨਾ, ਫਿਰ ਜੋ ਜਿਵੇਂ ਆਪਾਂ ਕੋਈ ਆਪਾਂ ਕਿਸੇ ਦੇ ਕੋਲ ਬੈਠ ਜਾਈਏ ਉਹਦੇ ਨਾਲ ਦਿਲ ਦੀਆਂ ਗੱਲਾਂ ਕਰਦੇ ਹਨ, ਜਿਹਦੇ ਨਾਲ ਬਹੁਤਾ ਪਿਆਰ ਹੋਵੇ, ਸਾਰੀਆਂ ਅੰਦਰ ਦੀਆਂ ਗੱਲਾਂ ਉਹਦੇ ਨਾਲ ਕਰਦੇ ਹਾਂ, ਇਸੇ ਤਰ੍ਹਾਂ ਹੀ ਬੋਲਣ ਦੀ ਲੋੜ ਨਹੀਂ, ਚੁੱਪ ਕਰਕੇ ਮਨ ਕਰਕੇ ਗੁਰੂ ਦੇ ਨਾਲ ਗੱਲਾਂ ਕਰੋ। ਮਹਾਰਾਜ ਮੇਰੀ ਆਹ ਸਮੱਸਿਆ ਹੈ, ਮੇਰੀ ਆਹ ਹਾਲਤ ਹੈ, ਮੈਂ ਰੁਲਦਾ ਫਿਰਦਾ ਹਾਂ, ਮੇਰੀ ਕੋਈ ਬਾਤ ਨਹੀਂ ਪੁੱਛਦਾ ਹੈ, ਤੁਸੀਂ ਮੇਰੇ 'ਤੇ ਕਿਰਪਾ ਕਰੋ। ਸੋ ਇੰਜ ਇਹ ਮਹਾਰਾਜ ਨੇ ਕੱਲ੍ਹ ਸਮਝਾਇਆ ਸੀ ਕਿ ਗੁਰੂ ਦੇ ਕੋਲ ਆ ਕੇ ਆਪਾਂ ਜਦੋਂ ਆਪਣੇ ਦਿਲ ਦੀ ਗੋਝ ਗੱਲ ਵੀ ਕਰਾਂਗੇ ਨਾ, ਉਹ ਵੀ ਮਹਾਰਾਜ ਸੁਣਦੇ ਹਨ ਧਿਆਨ ਦੇ ਨਾਲ, ਅਤੇ ਫਿਰ ਉਹ ਦਾਤ ਬਖਸ਼ ਵੀ ਦਿੰਦੇ ਹਨ। ਸੋ ਇਹ ਪਾਵਨ ਉਪਦੇਸ਼ ਆਪਾਂ ਕੱਲ੍ਹ ਸਰਵਣ ਕਰ ਰਹੇ ਸੀ, ਅੱਜ ਸਤਿਗੁਰੂ ਜੀ ਰਹਿਮਤ ਕਰ ਰਹੇ ਹਨ। ਸਲੋਕ ਮਹੱਲਾ ਤੀਜਾ, ਸਤਿਗੁਰ ਤੇ ਖਾਲੀ ਕੋ ਨਹੀਂ ਮੇਰੇ ਪ੍ਰਭ ਮੇਲ ਮਿਲਾਏ, ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਜਿਹਾ ਕੋ ਇੱਛੇ ਤਿਹਾ ਫਲ ਪਾਏ। ਇਸੇ ਗੱਲ ਨੂੰ ਹੀ ਅੱਜ ਫਿਰ ਮਹਾਰਾਜ ਦੜਕਰਾ ਰਹੇ ਹਨ। ਜਿਹੜਾ ਵੀ ਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ ਹੈ ਨਾ, ਗੁਰੂ ਉਸਦਾ ਰੱਬ ਨਾਲ ਮੇਲ ਕਰਾ ਦਿੰਦਾ ਹੈ। ਗੁਰੂ ਦਾ ਕੰਮ ਹੀ ਇਹੀ ਹੈ। ਗੁਰੂ ਕਿਵੇਂ ਰੱਬ ਨਾਲ ਮੇਲ ਕਰਾਉਂਦਾ ਹੈ? ਸ਼ਬਦ ਦੇ ਨਾਲ ਜੋੜ ਕੇ, ਸ਼ਬਦ ਦੇ ਰਾਹੀਂ ਉਸਨੂੰ ਸੋਝੀ ਬਖਸ਼ ਦਿੰਦਾ ਹੈ ਕਿ ਵੇਖ, ਇਹਦੇ ਵਿੱਚ ਧਿਆਨ ਦੇ ਨਾਲ ਬਾਣੀ ਨੂੰ ਪੜ੍ਹ ਕੇ ਤਾਂ ਵੇਖ, ਤੈਨੂੰ ਇਹ ਮਹਿਸੂਸ ਹੋਏਗਾ ਕਿ ਮੈਂ ਤੇਰੇ ਸਾਹਮਣੇ ਹਾਂ, ਤੈਨੂੰ ਆਪ ਨੂੰ ਹੀ ਪਤਾ ਲੱਗੇਗਾ ਕਿ ਮੈਂ ਤਾਂ ਰੱਬ ਨਾਲ ਗੱਲਾਂ ਕਰ ਰਿਹਾ ਹਾਂ। ਸੋ ਇੰਜ ਮਹਾਰਾਜ ਕਹਿੰਦੇ ਕਿ ਜਿਹੜਾ ਵੀ ਗੁਰੂ ਦੇ ਨਾਲ ਪਿਆਰ ਪਾ ਲੈਂਦਾ ਹੈ ਨਾ, ਗੁਰੂ ਦੇ ਪਿਆਰ ਦੇ ਨਾਲ ਦਰਸ਼ਨ, ਗੁਰੂ ਪਿਆਰ ਦਾ ਭੁੱਖਾ ਹੈ। ਆਪਾਂ ਗੁਰੂ ਨੂੰ ਪਿਆਰ ਕਰਾਂਗੇ, ਗੁਰੂ ਸਾਨੂੰ ਪਿਆਰ ਕਰੇਗਾ। ਜਿੱਥੇ ਪਿਆਰ ਹੈ, ਅੰਦਰੋਂ ਪਿਆਰ ਹੈ, ਦਿਲੋਂ ਪਿਆਰ ਹੈ, ਤਾਂ ਫਿਰ ਮਹਾਰਾਜ ਕਹਿੰਦੇ ਹਨ ਕਿ ਗੁਰੂ ਦਾ ਦਰਸ਼ਨ ਖਾਲੀ ਨਹੀਂ ਜਾਂਦਾ ਹੈ, ਫਲ ਦਿੰਦਾ ਹੈ। ਜਿਹੋ ਜਿਹੀ ਭਾਵਨਾ ਦੇ ਨਾਲ ਗੁਰੂ ਦੇ ਕੋਲ ਕੋਈ ਆਉਂਦਾ ਹੈ, ਉਸ ਦੀ ਉਹ ਭਾਵਨਾ ਜ਼ਰੂਰ ਪੂਰੀ ਹੁੰਦੀ ਹੈ। ਸ਼ੁੱਭ ਭਾਵਨਾ ਦੀ ਗੱਲ ਹੈ ਕਿ ਜਿਹੜੀ ਵੀ ਸ਼ੁੱਭ ਭਾਵਨਾ ਲੈ ਕੇ ਗੁਰੂ ਦੇ ਕੋਲ ਆਵੇਗਾ ਉਹ ਪੂਰੀ ਹੁੰਦੀ ਹੈ। ਗੁਰ ਕਾ ਸ਼ਬਦ ਅੰਮ੍ਰਿਤ ਹੈ, ਸਭ ਤ੍ਰਿਸ਼ਨਾ ਭੁੱਖ ਗਵਾਏ। ਗੁਰੂ ਦੇ ਬਚਨ ਜਿਹੜੇ ਹਨ ਇਹ ਅੰਮ੍ਰਿਤ ਹਨ, ਆਤਮਕ ਰਸ ਦੇਣ ਵਾਲੇ ਹਨ। ਦੇਖੋ ਆਪਾਂ ਬਾਣੀ ਨੂੰ ਪੜ੍ਹਦੇ ਹਨ, ਗਾਉਂਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ, ਅਤੇ ਸਾਨੂੰ ਆਨੰਦ ਆਉਂਦਾ ਹੈ, ਰਸ ਆਉਂਦਾ ਹੈ। ਜਦ ਧਿਆਨ ਦੇ ਨਾਲ ਆਪਾਂ ਕਥਾ ਕੀਰਤਨ ਸੁਣੀਏ ਤਾਂ ਇਹ ਬਚਨ ਸੁਣਨ ਦੇ ਨਾਲ ਆਪਣਾ ਮਨ ਜਿਹੜਾ ਹੈ ਟਿਕਾਓ ਵਿੱਚ ਆਉਂਦਾ ਹੈ। ਜਦੋਂ ਮਨ ਟਿਕਾਓ ਵਿੱਚ ਆਉਂਦਾ ਹੈ ਤਾਂ ਰਸ ਮਾਣਦਾ ਹੈ। ਮਹਾਰਾਜ ਕਹਿੰਦੇ ਕਿ ਇਹ ਗੁਰੂ ਦੇ ਬਚਨ ਅੰਮ੍ਰਿਤ ਹਨ। ਜਦੋਂ ਮਨ ਇਕਾਗਰ ਹੋ ਕੇ ਗੁਰੂ ਦੇ ਬਚਨਾਂ ਨੂੰ ਧਿਆਨ ਨਾਲ ਇਹ ਅੰਮ੍ਰਿਤ ਪੀਂਦਾ ਹੈ, ਧਿਆਨ ਦੇ ਨਾਲ ਬਚਨਾਂ ਨੂੰ ਸੁਣਦਾ ਹੈ, ਫਿਰ ਉਸ ਦੇ ਅੰਦਰ ਜਿਹੜੀ ਮਾਇਆ ਦੀ ਭੁੱਖ ਹੈ ਦੂਰ ਹੋ ਜਾਂਦੀ ਹੈ। ਸਭ ਤੋਂ ਤੰਗ ਕਰਨ ਵਾਲੀ ਕਿਹੜੀ ਚੀਜ਼ ਹੈ? ਮਾਇਆ ਦੀ ਭੁੱਖ, ਕਿਉਂਕਿ ਦੂਰ ਨਹੀਂ ਹੁੰਦੀ ਹੈ। ਮਹਾਰਾਜ ਨੇ ਉਦਾਹਰਣ ਦਿੱਤੀ ਹੈ, ਜਿਵੇਂ ਅੱਗ ਦੇ ਉੱਤੇ ਬਾਲਣ ਪਾਈ ਜਾਓ,
ਤਾਂ ਅੱਗ ਹੋਰ ਮੱਚੀ ਜਾਏਗੀ। ਇਸ ਤਰ੍ਹਾਂ ਹੀ ਦੁਨਿਆਵੀ ਸੁੱਖ ਜਿਹੜੇ ਹਨ, ਇਹ ਧਨ ਹੈ, ਹੋਰ ਜਿਹੜੇ ਸੁੱਖ ਦੇ ਸਾਧਨ ਹਨ, ਇਹ ਆਪਾਂ ਜਿੰਨੇ ਮਰਜ਼ੀ ਮੰਗੀ ਜਾਈਏ ਗੁਰੂ ਦੇ ਕੋਲੋਂ, ਜਿੰਨੇ ਮੰਗਾਂਗੇ ਉਹ ਹੋਰ ਲੋੜਾਂ ਹੋਰ ਸਾਹਮਣੇ ਆਈ ਜਾਣ, ਹੋਰ ਖਾਹਿਸ਼ਾਂ ਪੈਦਾ ਹੋਈ ਜਾਣਗੀਆਂ, ਇਹ ਅੱਗ ਵਧੀ ਜਾਣੀ ਹੈ, ਮੱਚੀ ਜਾਣੀ ਹੈ। ਜਦੋਂ ਗੁਰੂ ਦੇ ਬਚਨਾਂ ਨੂੰ ਧਿਆਨ ਦੇ ਨਾਲ ਸੁਣਾਂਗੇ, ਸਮਝਾਂਗੇ, ਤਾਂ ਮਹਾਰਾਜ ਸਾਨੂੰ ਫਿਰ ਇਹ ਸਮਝਾ ਦਿੰਦੇ ਹਨ ਪਵਿੱਤਰ ਬਾਣੀ ਦੇ ਰਾਹੀਂ ਕਿ ਹੇ ਪਿਆਰਿਆ, ਆਹ ਚੀਜ਼ ਮੰਗ ਲੈ। ਜਿਵੇਂ ਆਪਾਂ ਕੱਲ੍ਹ ਵੀ ਸੁਣ ਰਹੇ ਸੀ, ਸੰਸਾਰੀ ਧਨ ਤਾਂ ਮੰਗ ਰਿਹਾ ਹੈ, ਨਾਲ ਨਾਮ ਧਨ ਵੀ ਮੰਗ ਲੈ, ਸੇਵਾ ਵੀ ਮੰਗ ਲੈ, ਸਿਮਰਨ ਦੀ ਦਾਤ ਵੀ ਮੰਗ ਲੈ, ਦੁਨਿਆਵੀ ਚੀਜ਼ਾਂ ਮੰਗ ਗੁਰੂ ਦੇ ਕੋਲੋਂ, ਪਰ ਜੇ ਆਹ ਚੀਜ਼ਾਂ ਨਾ ਮੰਗੀਆਂ ਤਾਂ ਉਹਦੇ ਨਾਲ ਤੈਨੂੰ ਸੁੱਖ ਨਹੀਂ ਮਿਲਣਾ ਹੈ। ਉਹ ਚੀਜ਼ਾਂ ਜਿਹੜੀਆਂ ਹਨ, ਦੇਖੋ ਕੋਈ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਲੋਕ ਅਰਦਾਸਾਂ ਕਰਦੇ ਹਨ ਗੁਰੂ ਮਹਾਰਾਜ ਦੇ ਅੱਗੇ, ਉਹਨਾਂ ਦੀਆਂ ਆਸਾਂ ਪੂਰੀਆਂ ਵੀ ਹੁੰਦੀਆਂ ਹਨ, ਪਰ ਬਾਅਦ ਦੇ ਵਿੱਚ ਉਹ ਗੁਰੂ ਨੂੰ ਭੁੱਲ ਜਾਂਦੇ ਹਨ। ਜਿਹੜਾ ਭੁੱਲ ਜਾਂਦਾ ਹੈ, ਫਿਰ ਜੇ ਗੁਰੂ ਦਾਤ ਦਿੰਦਾ ਹੈ ਤਾਂ ਵਾਪਸ ਵੀ ਤਾਂ ਲੈ ਸਕਦਾ ਹੈ ਨਾ। ਜੇ ਵਾਪਸ ਲੈ ਲਏਗਾ ਆਪਣਾ ਕੀ ਕਰ ਜ਼ੋਰ ਹੈ, ਆਪਾਂ ਤਾਂ ਕੁਛ ਨਹੀਂ ਕਰ ਸਕਦੇ। ਆਪਾਂ ਗੁਰੂ ਨੂੰ ਕੀ ਕਹਾਂਗੇ, ਕਿਉਂ ਵਾਪਸ ਲਈ ਹੈ, ਪਹਿਲਾਂ ਦਿੱਤੀ ਕਿਉਂ ਸੀ? ਗੁਰੂ ਦੇ ਅੱਗੇ ਕੋਈ ਸਵਾਲ ਜਵਾਬ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਕਿ ਜਦੋਂ ਗੁਰੂ ਦੇ ਬਚਨਾਂ ਨੂੰ ਧਿਆਨ ਦੇ ਨਾਲ ਸੁਣੀਏ ਨਾ, ਫਿਰ ਸਾਰੀਆਂ ਭੁੱਖਾਂ ਹੀ ਦੂਰ ਹੋ ਜਾਂਦੀਆਂ ਹਨ, ਮਨ ਸੰਤੁਸ਼ਟ ਹੋ ਜਾਂਦਾ ਹੈ। ਜਿਹੜੀ ਮਨ ਦੀ ਸੰਤੁਸ਼ਟੀ ਹੈ ਨਾ, ਇਹ ਸਭ ਤੋਂ ਵੱਡਾ ਜਿਹੜਾ ਹੈ ਅਮੀਰੀ ਹੈ। ਇਸ ਤੋਂ ਵੱਡੀ ਅਮੀਰੀ ਕੋਈ ਨਹੀਂ। ਜਿਹਦਾ ਮਨ ਸੰਤੁਸ਼ਟ ਹੈ ਨਾ, ਉਹ ਥੋੜ੍ਹੇ ਦੇ ਨਾਲ ਵੀ ਰੱਜ ਕੇ ਖਾਂਦਾ ਹੈ ਅਤੇ ਉਹਦੇ ਵਿੱਚੋਂ ਲੋਕਾਂ ਨੂੰ ਵੀ ਦਿੰਦਾ ਹੈ, ਦੂਜਿਆਂ ਨੂੰ ਵੀ ਦਿੰਦਾ ਹੈ। ਜਿਹਦਾ ਮਨ ਸੰਤੁਸ਼ਟ ਨਹੀਂ ਹੈ, ਭਾਵੇਂ ਕਿੰਨਾ ਉਹਦੇ ਕੋਲ ਆ ਜਾਵੇ, ਉਹ ਇਹੀ ਕਹੇਗਾ, ਨਹੀਂ ਅਜੇ ਥੋੜ੍ਹਾ ਹੈ, ਮੈਂ ਅਜੇ ਰੱਜਿਆ ਨਹੀਂ ਹਾਂ। ਫਿਰ ਹੋਰ ਮੰਗੀ ਜਾਏਗਾ, ਹੋਰ ਮੰਗੀ ਜਾਏਗਾ, ਕਿਸੇ ਨੂੰ ਦੇਣ ਨੂੰ ਜੀ ਨਹੀਂ ਕਰੇਗਾ ਉਸਦਾ। ਔਰ ਹੁੰਦਾ ਕੀ ਹੈ, ਜੋ ਕੁਛ ਇਕੱਠਾ ਕੀਤਾ ਉਹ ਉੱਦਾਂ ਹੀ ਛੱਡ ਕੇ ਚਲੇ ਗਿਆ, ਵੱਡਾ ਮਹਿਲ ਬਣਾ ਲਿਆ, ਖਾਲੀ ਰਹਿ ਗਿਆ ਮਗਰੋਂ। ਇਸ ਤਰ੍ਹਾਂ ਹੀ ਬੈਂਕ ਬੈਲੈਂਸ ਬਣਾ ਲਿਆ ਬੜਾ ਵੱਡਾ, ਹੁਣ ਜੇ ਘਰ ਦੇ ਵਿੱਚ 10 ਗੱਡੀਆਂ ਤੁਸੀਂ ਲਿਆ ਕੇ ਖੜੀਆਂ ਕਰ ਲਓਗੇ ਤਾਂ ਜਿੰਨਾ ਚਿਰ ਸਰੀਰ ਹੈ ਉਨਾ ਚਿਰ ਤਾਂ ਚਲੋ ਠੀਕ ਹੈ, ਰੋਜ਼ ਬਦਲੀ ਜਾਓ ਭਾਵੇਂ ਉਹਨਾਂ ਨੂੰ, ਪਰ ਜਦੋਂ ਛੱਡ ਕੇ ਜਾਣਾ ਸਰੀਰ, ਉਦੋਂ ਗੱਡੀਆਂ ਤਾਂ ਇੱਥੇ ਹੀ ਰਹਿ ਜਾਣੀਆਂ, ਉਹਨਾਂ ਨੂੰ ਕੋਈ ਚਲਾਉਣ ਵਾਲਾ ਹੀ ਨਾ ਹੋਇਆ ਫਿਰ। ਇਸ ਕਰਕੇ ਮਹਾਰਾਜ ਕਹਿੰਦੇ ਕਿ ਇਹ ਗੁਰੂ ਦੇ ਕੋਲੋਂ ਹਰ ਵੇਲੇ ਹੀ ਗੁਰੂ ਦੇ ਕੋਲੋਂ ਇਹ ਦਾਤ ਮੰਗਣੀ ਚਾਹੀਦੀ ਕਿ ਮਹਾਰਾਜ ਸਾਡੇ 'ਤੇ ਕਿਰਪਾ ਕਰੋ, ਸਾਨੂੰ ਆਪਣੀ ਬਾਣੀ ਦੇ ਨਾਲ ਜੋੜ ਕੇ ਰੱਖੋ ਅਤੇ ਬਾਣੀ ਦੇ ਵਿੱਚ ਸਾਨੂੰ ਰਸ ਵੀ ਆਵੇ। ਬਾਣੀ ਨੂੰ ਪੜ੍ਹਦਿਆਂ ਹੋਇਆਂ ਸਾਡੇ ਅੰਦਰ ਰਸ ਪੈਦਾ, ਆਨੰਦ ਪੈਦਾ ਹੋਵੇ। ਵਾਹਿਗੁਰੂ ਹਰਸ ਪੀ ਸੰਤੋਖ ਹੋਆ, ਸੱਚ ਵਸਿਆ ਮਨ ਆਏ। ਜਿਹੜੇ ਹਰੀ ਰਸ ਪੀਂਦੇ ਹਨ, ਬਾਣੀ ਅੰਮ੍ਰਿਤ ਹੈ ਨਾ, ਇਹਨੂੰ ਜੇ ਧਿਆਨ ਨਾਲ ਪੜ੍ਹੀਏ, ਅਸੀਂ ਤਾਂ ਨਾਮ ਜਿਹੜਾ ਨਾਮ ਨੂੰ ਵੀ ਅੰਮ੍ਰਿਤ ਕਿਹਾ ਹੈ, ਅੰਮ੍ਰਿਤ ਨਾਮ ਨਿਦਾਨ ਹੈ ਮਿਲ ਪੀ ਵਪਾਈ। ਨਾਮ ਜਿਹੜਾ ਗੁਰੂ ਬਖਸ਼ਦਾ ਹੈ, ਵਾਹਿਗੁਰੂ ਗੁਰਮੰਤਰ ਹੈ, ਇਹ ਵੀ ਅੰਮ੍ਰਿਤ ਹੈ। ਗੁਰੂ ਦੀ ਬਾਣੀ ਦੇ ਵਿੱਚੋਂ ਨਾਮ ਪ੍ਰਗਟ ਹੁੰਦਾ ਹੈ, ਜਿਵੇਂ ਦੁੱਧ ਨੂੰ ਰਿੜਕਣ ਦੇ ਨਾਲ, ਦਹੀਂ ਬਣਾ ਕੇ ਰਿੜਕਣ ਦੇ ਨਾਲ ਫਿਰ ਉਹਦੇ 'ਚੋਂ ਮੱਖਣ ਪ੍ਰਗਟ ਹੁੰਦਾ ਹੈ ਨਾ,
ਇੰਝ ਹੀ ਬਾਣੀ ਨੂੰ ਜਿਵੇਂ ਜਿਵੇਂ ਆਪਾਂ ਸਮਝ ਸਮਝ ਕੇ ਪੜ੍ਹਾਂਗੇ ਸਾਡੇ ਅੰਦਰ ਨਾਮ ਪ੍ਰਗਟ ਹੁੰਦਾ ਹੈ, ਸਾਡਾ ਨਾਮ ਦੇ ਨਾਲ ਪਿਆਰ ਪੈਦਾ ਹੁੰਦਾ ਹੈ। ਸੋ ਇੰਝ ਮਹਾਰਾਜ ਕਹਿੰਦੇ ਕਿ ਜਦੋਂ ਇਹ ਰਸ ਮਿਲਦਾ ਹੈ ਨਾ, ਸਾਡੇ ਅੰਦਰ ਰਸ ਆਉਂਦਾ ਹੈ। ਦੇਖੋ ਆਪਾਂ ਕੋਈ ਚੀਜ਼ ਮਿੱਠੀ ਖਾਂਦੇ ਹਾਂ, ਸਾਡਾ ਮੂੰਹ ਮਿੱਠਾ ਹੋ ਜਾਂਦਾ ਹੈ, ਕੌੜੀ ਖਾਂਦੇ ਹਾਂ ਕੌੜਾ ਹੋ ਜਾਂਦਾ ਹੈ। ਸੋ ਇਹ ਰਸ ਸਾਰਾ ਸਾਡੀ ਰਸਨਾ ਚੱਖਦੀ ਹੈ। ਜਦੋਂ ਪਿਆਰ ਨਾਲ ਬਾਣੀ ਪੜ੍ਹਾਂਗੇ ਰਸਨਾ ਨੂੰ ਰਸ ਆਏਗਾ, ਰਸ ਦੇ ਨਾਲ ਭਰੀ ਹੋਏਗੀ। ਇਸੇ ਤਰ੍ਹਾਂ ਹੀ ਨਾਮ ਜਪਦੇ ਹੋਵਾਂਗੇ, ਜਿਸ ਰਸਨਾ ਨਾਲ ਨਾਮ ਜਪਾਂਗੇ ਆਪਾਂ, ਉਹ ਰਸਨਾ ਵੀ ਰਸ ਦੇ ਨਾਲ ਭਰ ਜਾਏਗੀ, ਉਹਦੇ 'ਚੋਂ ਵੀ ਰਸ ਪ੍ਰਗਟ ਹੋਵੇਗਾ। ਸਮਾਰੇ ਕਹਿੰਦੇ ਕਿ ਇੰਝ ਇਹ ਰਸ ਪੀਣ ਦੇ ਨਾਲ ਮਨ ਸੰਤੋਖੀ ਵੀ ਬਣ ਜਾਂਦਾ ਹੈ। ਜਿਹੜੀ ਭੁੱਖ ਹੈ ਨਾ, ਹਰ ਵੇਲੇ ਹੀ ਆਹ ਵੀ ਚਾਹੀਦਾ, ਆਹ ਵੀ ਚਾਹੀਦਾ ਹੈ, ਉਹ ਸਾਰਾ ਕੁਛ ਹੀ ਮਹਾਰਾਜ ਕਹਿੰਦੇ ਸ਼ਾਂਤੀ ਹੋ ਜਾਂਦੀ ਹੈ। ਸੱਚ ਧਿਆਏ ਅਮਰਾ ਪਦ ਪਾਇਆ ਅਨਹਦ ਸ਼ਬਦ ਵਜਾਏ। ਸੱਚ ਧਿਆਏ, ਸੱਚਾ ਨਾਮ, ਸੱਚੀ ਬਾਣੀ ਨੂੰ ਧਿਆਇਆ ਜਦੋਂ, ਜਿਵੇਂ ਦੁੱਧ ਦੇ ਵਿੱਚ ਮੱਖਣ ਹੈ, ਦੁੱਧ ਪੀ ਲਈਏ ਤਾਂ ਵੀ ਉਹਦਾ ਅਸਰ ਹੁੰਦਾ ਹੈ ਨਾ। ਅਤੇ ਜੇ ਦੁੱਧ 'ਚੋਂ ਮੱਖਣ ਕੱਢ ਕੇ ਜੁਗਤੀ ਦੇ ਨਾਲ ਉਹ ਖਾਈਏ ਤਾਂ ਉਹਦਾ ਵੀ ਅਸਰ ਹੁੰਦਾ ਹੈ। ਇਸੇ ਤਰ੍ਹਾਂ ਹੀ ਬਾਣੀ ਹੈ, ਬਾਣੀ ਦਾ ਵੀ ਅਸਰ ਹੁੰਦਾ ਹੈ, ਜਿਹੜੇ ਬਾਣੀ ਪੜ੍ਹਦੇ ਹਨ, ਗਾਉਂਦੇ ਹਨ, ਵਿਚਾਰਦੇ ਹਨ। ਅਤੇ ਜਿਹੜੇ ਬਾਣੀ ਵਿੱਚੋਂ ਨਾਮ ਰੂਪੀ ਮੱਖਣ ਕੱਢ ਕੇ ਇਸ ਰਸ ਨੂੰ ਪੀਂਦੇ ਹਨ, ਉਹਨਾਂ 'ਤੇ ਵੀ ਅਸਰ ਹੁੰਦਾ ਹੈ। ਸੋ ਜਿਵੇਂ ਮਿਸ਼ਰੀ ਦੀ ਗੜੀ ਹੁੰਦੀ ਹੈ, ਕਿਸੇ ਪਾਸੇ ਉਸਨੂੰ ਚੱਖ ਲਓ ਮਿੱਠੀ ਲੱਗਦੀ ਹੈ, ਇਸੇ ਤਰ੍ਹਾਂ ਹੀ ਇਹ ਗੁਰੂ ਦੀਆਂ ਦਾਤਾਂ ਹਨ, ਸਾਨੂੰ ਬਖਸ਼ੀਆਂ ਹੋਈਆਂ। ਬਾਣੀ ਅਤੇ ਨਾਮ ਗੁਰੂ ਦੀ ਬਖਸ਼ਿਸ਼ ਹੈ, ਰਹਿਮਤ ਹੈ। ਕੀ ਹੋਇਆ, ਧਿਆਉਂਦਿਆਂ ਧਿਆਉਂਦਿਆਂ ਜਦੋਂ ਰਸ ਆਉਂਦਾ ਹੈ, ਫਿਰ ਹੋਰ ਧਿਆਉਣ ਨੂੰ ਜੀ ਕਰਦਾ ਹੈ, ਹੋਰ ਇਸ ਪਾਸੇ ਨੂੰ ਚਿੱਤ ਜੁੜਦਾ ਹੈ। ਅਮਰਾ ਪਦ ਪਾਇਆ, ਅਮਰਾ ਪਦ ਕੀ ਹੈ, ਉਹ ਪਦਵੀ ਜਿਹੜੀ ਸਦਾ ਰਹਿਣ ਵਾਲੀ ਹੈ। ਦੁਨਿਆਵੀ ਪਦਵੀਆਂ ਹਨ, ਵੇਖ ਲਓ ਕੋਈ ਕਿਤੇ ਚੰਗੇ ਅਫਸਰ ਬਣ ਜਾਵੇ ਵੱਡੇ ਅਹੁਦੇ 'ਤੇ ਹੋਵੇ, ਉਹਦੀ ਉਮਰ ਹੈ, ਉਸ ਤੋਂ ਬਾਅਦ ਰਿਟਾਇਰ ਹੋ ਜਾਏਗਾ, ਅਤੇ ਜੇ ਵਿੱਚ ਹੀ ਕੋਈ ਗਲਤੀ ਕਰ ਲਈ ਤਾਂ ਵਿੱਚੋਂ ਹੀ ਉਹਨੂੰ ਉੱਥੇ ਹੀ ਉਹਨੂੰ ਡਿਸਮਿਸ ਕਰ ਦਿੰਦੇ ਹਨ, ਖਤਮ ਹੋ ਗਿਆ ਨਾ ਸਾਰੀ ਲੀਲਾ। ਇਸ ਤਰ੍ਹਾਂ ਰਾਜ ਪਾਕ ਕਰਨ ਵਾਲੇ ਹਨ, ਉਹਨਾਂ ਨੂੰ 5 ਸਾਲ ਮਿਲਦੇ ਹਨ, ਉਹ 5 ਸਾਲ ਬਾਅਦ ਜੇ ਤਾਂ ਚੰਗੇ ਕੰਮ ਕਰਨ ਫਿਰ ਦੁਬਾਰਾ ਆ ਸਕਦੇ ਹਨ, ਨਹੀਂ ਤਾਂ ਫਿਰ ਉਹਨਾਂ ਨੂੰ ਪਾਸੇ ਕਰ ਦਿੰਦੇ ਹਨ ਲੋਕ। ਇਹ ਬਿਲਕੁਲ ਇਸੇ ਹੀ ਤਰ੍ਹਾਂ ਹੈ, ਉਹ ਪਦਵੀ ਜਿਹੜੀ ਅਮਰ ਨਹੀਂ ਹੈ ਨਾ, ਰਹਿਣ ਵਾਲੀ ਨਹੀਂ ਹੈ, ਲੇਕਿਨ ਨਾਮ ਦਾ ਰਸ, ਨਾਮ ਦੇ ਰਾਹੀਂ ਜਿਹੜੀ ਪਦਵੀ ਗੁਰੂ ਦੇ ਦਰ ਤੋਂ ਗੁਰਮੁਖ ਦੀ ਪਦਵੀ ਮਿਲਦੀ ਹੈ ਨਾ, ਜਿਹੜਾ ਗੁਰੂ ਨਾਲ ਇੱਕਮਿੱਕ ਹੋ ਜਾਂਦਾ ਉਹਨੂੰ ਗੁਰਮੁਖ ਕਹਿੰਦੇ ਹਨ, ਸੰਤ ਕਹਿੰਦੇ ਹਨ, ਸਾਧੂ ਕਹਿੰਦੇ ਹਨ, ਗੁਰਮੁਖ ਕਹਿੰਦੇ ਹਨ। ਇਹ ਪਦਵੀ ਸਦਾ ਰਹਿਣ ਵਾਲੀ ਹੈ, ਇਹ ਅਖੀਰਲੇ ਸਵਾਸਾਂ ਤੱਕ ਵੀ ਜਾਵੇਗੀ ਨਾਲ, ਫਿਰ ਜਦੋਂ ਸਰੀਰ ਤਿਆਗ ਦਿੱਤਾ ਉਦੋਂ ਬਾਅਦ ਐਂ ਵੇਖੋ ਆਪਾਂ ਹੁਣ ਇਹ ਜਿੱਥੇ ਆਪਾਂ ਵੇਖੇ ਹੋਏ, ਇੱਥੇ ਇਹ ਮਹਾਂਪੁਰਸ਼ਾਂ ਨੇ ਜਿਨ੍ਹਾਂ ਨੇ ਭਗਤੀ ਕੀਤੀ ਆਪਣੇ ਜੀਵਨ ਕਾਲ ਦੇ ਵਿੱਚ, ਬਹੁਤ ਭਗਤੀ ਕੀਤੀ, ਬਾਬਾ ਹਰਦੇਵ ਸਿੰਘ ਜੀ ਹਨ, ਉਹਨਾਂ ਨੂੰ ਆਪਾਂ ਸਤਿਕਾਰ ਨਾਲ ਬਾਬਾ ਹਰਦੇਵ ਸਿੰਘ ਜੀ ਕਰਕੇ ਯਾਦ ਕਰਦੇ ਹਾਂ, ਜਾਂ ਸੰਤ ਬਾਬਾ ਹਰਦੇਵ ਸਿੰਘ ਜੀ ਕਹਿ ਕੇ। ਇਸੇ ਤਰ੍ਹਾਂ ਬਾਬਾ ਜੱਸਾ ਸਿੰਘ ਜੀ ਹਨ, ਬੰਦਗੀ ਕੀਤੀ ਨਾ, ਉਹਨਾਂ ਦੇ ਕੋਲ ਪਦਵੀ ਉਹ ਹੈ ਜਿਹੜੀ ਉਹਨਾਂ ਨੂੰ ਜਿਉਂਦਿਆਂ ਮਿਲੀ ਨਾ ਸਿਮਰਨ ਕਰਕੇ, ਉਹ ਪਦਵੀ ਖੁਸ਼ੀ ਨਹੀਂ ਹੈ, ਉਹਨਾਂ ਦਾ ਨਾਮ ਪ੍ਰਗਟ ਹੈ। ਇਸੇ ਤਰ੍ਹਾਂ ਬਾਬਾ ਆਨੰਦ ਸਿੰਘ ਜੀ ਹਨ, ਬਾਬਾ ਗੁਰਮੁਖ ਸਿੰਘ ਜੀ ਹਨ,
ਜਿਨ੍ਹਾਂ ਨੇ ਨਾਮ ਦਾ ਬਾਣੀ ਦਾ ਰਸ ਪੀਤਾ। ਮਹਾਂਪੁਰਸ਼ ਸੰਤ ਗੁਰਮੁਖ ਸਿੰਘ ਜੀ ਸਾਨੂੰ ਦੱਸਦੇ ਹੁੰਦੇ ਸੀ ਕਿ ਗੁਰਮੁਖੋ ਇੱਦਾਂ ਕਰਿਆ ਕਰੋ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਉਂਦੇ ਹੋ ਨਾ, ਬੈਠ ਕੇ ਪਹਿਲਾਂ ਤਾਂ ਬਾਣੀ ਸਿੱਖ ਲਓ, ਫਿਰ ਸਾਫ ਬਸਤਰ ਇਸ਼ਨਾਨ ਕਰਕੇ ਆ ਕੇ ਬੈਠਿਆ ਕਰੋ ਕੋਲ, ਤੈਂ ਪਿਆਰ ਦੇ ਨਾਲ ਬਾਣੀ ਪੜ੍ਹਿਆ ਕਰੋ। ਭਾਵੇਂ ਦੋ ਅੰਗ ਪੜ੍ਹੋ, ਚਾਰ ਅੰਗ ਪੜ੍ਹੋ, ਪੰਜ ਪੜ੍ਹੋ, ਉਹ ਇੰਜ ਪੜ੍ਹਿਆ ਕਰੋ ਜਿਵੇਂ ਮੈਂ ਗੁਰੂ ਦੇ ਕੋਲੋਂ ਕੋਈ ਸਿੱਖਿਆ ਲੈ ਰਿਹਾ। ਜਿਵੇਂ ਅਧਿਆਪਕ ਜਿਹੜਾ ਹੈ ਨਾ, ਤੇਜ਼ ਤੇਜ਼ ਬੋਲੇ ਸਾਨੂੰ ਸਮਝ ਨਹੀਂ ਨਾ ਆਵੇਗੀ, ਕੋਈ ਸਮਝ ਨਹੀਂ ਆਵੇਗੀ। ਜੇ ਅਧਿਆਪਕ ਸਹਿਜ ਸਹਿਜ ਦੇ ਨਾਲ ਗੱਲ ਕਰੇ, ਜਿਹੜਾ ਜੋ ਸਿਖਾਉਣਾ ਚਾਹੁੰਦਾ ਹੈ, ਅਸੀਂ ਨਾਲ ਨਾਲ ਲਿਖ ਵੀ ਸਕਦੇ ਹਾਂ, ਉਸ ਨੂੰ ਨੋਟਸ ਬਣਾ ਸਕਦੇ ਹਾਂ। ਇਸੇ ਤਰ੍ਹਾਂ ਹੀ ਗੁਰੂ ਦੀਆਂ ਗੱਲਾਂ ਜਿਹੜੀਆਂ ਹਨ, ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਨਾ ਇੱਥੇ ਆ ਕੇ ਬੈਠ ਕੇ, ਗੁਰੂ ਮਹਾਰਾਜ ਕਈਆਂ ਨੇ ਘਰ 'ਚ ਵੀ ਪ੍ਰਕਾਸ਼ ਕੀਤਾ ਹੈ, ਚੰਗੀ ਗੱਲ ਹੈ। ਸੋ ਇਹ ਜਦੋਂ ਬਾਣੀ ਪੜ੍ਹਦੇ ਹਾਂ ਤਾਂ ਉਸ ਵੇਲੇ ਫਿਰ ਸਾਨੂੰ ਜਿਹੜਾ ਹੈ ਇਹ ਇੰਜ ਕਰਨਾ ਹੈ ਜਿਵੇਂ ਆਪਾਂ ਨੋਟਸ ਬਣਾ ਰਹੇ ਹਾਂ। ਨੋਟਸ ਬਣਾ ਰਹੇ ਦਾ ਮਤਲਬ ਜਿਹੜੀ ਗੱਲ ਪੜ੍ਹ ਰਹੇ ਹਾਂ ਸਾਡੇ ਹਿਰਦੇ ਨਾਲ ਟਿਕਣੀ ਚਾਹੀਦੀ ਹੈ। ਜੇ ਇਹ ਖਤਰਾ ਹੈ ਕਿ ਤਾਂ ਭੁੱਲ ਜਾਏਗੀ ਹੁਣੇ, ਫਿਰ ਕਾਪੀ ਰੱਖ ਲਓ ਕੋਲ। ਜਿਹੜਾ ਸ਼ਬਦ ਤੁਹਾਨੇ ਤੁਹਾਡੇ ਮਨ ਨੂੰ ਟੁੰਬਦਾ ਹੈ ਨਾ ਪੜ੍ਹਦਿਆਂ ਪੜ੍ਹਦਿਆਂ, ਜਿੱਥੇ ਜਾ ਕੇ ਤੁਹਾਡਾ ਮਨ ਰੁਕ ਜਾਂਦਾ ਹੈ, ਅੱਗੇ ਨਹੀਂ ਜਾ ਸਕਦੇ, ਉੱਥੇ ਹੀ ਖੜ ਜਾਂਦੇ ਹੋ, ਉਹ ਸ਼ਬਦ ਨੂੰ ਨੋਟ ਕਰ ਲਓ, ਉਹਦਾ ਪੰਨਾ ਨੋਟ ਕਰ ਲਓ, ਫਿਰ ਉਸ ਨੂੰ ਵਾਰ ਵਾਰ ਪੜ੍ਹੋ। ਸੋ ਇੰਜ ਜਦੋਂ ਆਪਾਂ ਇਹ ਰਸ ਪੀਂਦੇ ਹਾਂ ਤਾਂ ਇਸ ਰਸ ਦਾ ਸਦਕਾ ਵਾਹਿਗੁਰੂ ਪਰਮੇਸ਼ੁਰ ਹਾਜ਼ਰ ਹੋ ਜਾਂਦਾ ਹੈ ਸਾਡੇ ਅੰਦਰ। ਜਿਵੇਂ ਗੁਰਸਿੱਖ ਜਿਹੜਾ ਹੈ ਵਾਹਿਗੁਰੂ ਦੇ ਮਿਲਾਪ ਦਾ ਰਸ ਮਾਣਦਾ ਹੈ ਨਾ, ਇਸੇ ਤਰ੍ਹਾਂ ਵਾਹਿਗੁਰੂ ਗੁਰਸਿੱਖ ਦੇ ਮਿਲਾਪ ਦਾ ਰਸ ਮਾਣਦਾ ਹੈ। ਰਸ ਦੋਨਾਂ ਨੂੰ ਹੀ ਆਉਂਦਾ ਹੈ, ਪਿਆਰ ਹੈ ਨਾ, ਜਦੋਂ ਦੋ ਆਪਸ ਵਿੱਚ ਪਿਆਰ ਕਰਦੇ ਹਨ, ਇਨਸਾਨ ਵੀ ਹੋਣ, ਦੋਨਾਂ ਨੂੰ ਪਿਆਰ ਦਾ ਰਸ ਆਉਂਦਾ ਹੈ। ਇਸੇ ਤਰ੍ਹਾਂ ਹੀ ਗੁਰੂ ਦਾ ਅਤੇ ਗੁਰੂ ਦੇ ਸਿੱਖ ਦਾ ਜਿਹੜਾ ਪਿਆਰ ਹੈ ਉਹ ਇੱਦਾਂ ਦਾ ਹੈ ਕਿ ਜਿਹੜਾ ਗੁਰੂ ਨਾਲ ਪਿਆਰ ਕਰਦਾ ਹੈ ਉਹਨੂੰ ਵੀ ਉਸ ਪਿਆਰ ਦਾ ਰਸ ਆਉਂਦਾ ਹੈ ਅਤੇ ਗੁਰੂ ਨੂੰ ਵੀ ਪਿਆਰ ਦਾ ਰਸ ਆਉਂਦਾ, ਇੰਝ ਨੇੜਤਾ ਹੋਰ ਵਧੀ ਜਾਂਦੀ ਹੈ, ਹੋਰ ਵਧੀ ਜਾਂਦੀ ਹੈ। ਅਨਹਦ ਸ਼ਬਦ ਬਜਾਏ, ਅਨਹਦ ਸ਼ਬਦ ਕੀ ਹੈ, ਇੱਕ ਰਸ ਧੁਨੀ ਜਿਹੜੀ ਹੈ ਪਰਮੇਸ਼ੁਰ ਦੇ ਨਾਮ ਦੀ ਧੁਨੀ, ਇਹ ਸਾਡੇ ਹਰ ਇੱਕ ਦੇ ਅੰਦਰ ਹੈ। ਚਾਹੇ ਕੋਈ ਬਾਣੀ ਪੜ੍ਹਦਾ ਹੈ, ਚਾਹੇ ਕੋਈ ਨਹੀਂ ਪੜ੍ਹਦਾ ਹੈ, ਚਾਹੇ ਕੋਈ ਸਿੱਖ ਹੈ, ਹਿੰਦੂ ਹੈ, ਮੁਸਲਮਾਨ ਹੈ, ਕੋਈ ਵੀ ਹੈ, ਹਰ ਇਨਸਾਨ ਦੇ ਅੰਦਰ ਇਹ ਰੱਬੀ ਧੁਨ ਹੈ, ਪਰ ਉਸ ਦਾ ਸਾਨੂੰ ਗਿਆਨ ਨਹੀਂ ਹੈ। ਇਹ ਧੁਨੀ ਜਿਹੜੀ ਹੈ, ਇਹ ਜਿਵੇਂ ਜਿਵੇਂ ਆਪਾਂ ਇਸ ਪਾਸੇ ਨੂੰ ਜੁੜਾਂਗੇ ਨਾ, ਅਤੇ ਸਾਡੀ ਜਿਹੜੀ ਸੁਰਤੀ ਹੈ ਨਾਮ ਰਸ ਨੂੰ ਪੀ ਪੀ ਕੇ ਉੱਥੇ ਪਹੁੰਚ ਜਾਂਦੀ ਹੈ ਜਿੱਥੇ ਇਹ ਅਨਹਦ ਧੁਨ ਹੈ ਸਾਡੇ ਅੰਦਰ। ਮਹਾਰਾਜ ਨੇ ਗੁਰਬਾਣੀ 'ਚ ਇਸ ਦਾ ਟਿਕਾਣਾ ਜਾਂ ਦਸਵਾਂ ਦੁਆਰ ਦੱਸਿਆ, ਨੌ ਦਰ ਠਾਕੇ ਤਾਪਤ ਰਹਾਏ, ਦਸਵੇਂ ਨਿੱਜ ਕਰਵਾਸਾ ਪਾਏ, ਉੱਥੇ ਅਨਹਦ ਸ਼ਬਦ ਵੱਜੇ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣਿਆ। ਜਿਵੇਂ ਜਿਵੇਂ ਗੁਰੂ ਦੀ ਮੱਤ ਦੇ ਧਾਰਨੀ ਬਣਦੇ ਜਾਵਾਂਗੇ, ਸਾਡੀ ਸੁਰਤੀ ਦਸਵੇਂ ਦੁਆਰ 'ਚ ਪਹੁੰਚੇਗੀ। ਸਾਡੇ ਸਰੀਰ ਦੇ ਅੰਦਰ ਇੱਕ ਟਿਕਾਣਾ ਹੈ, ਜਿਵੇਂ ਇਹ ਨੌ ਦਰਵਾਜ਼ੇ ਬਾਹਰ ਹਨ, ਮੂੰਹ ਬਾਹਰ ਹੈ, ਆਪਾਂ ਬਾਹਰ ਗੱਲਾਂ ਕਰਦੇ ਹਾਂ, ਕੰਨਾਂ ਨਾਲ ਬਾਹਰੋਂ ਸੁਣਦੇ ਹਾਂ, ਅੱਖਾਂ ਨਾਲ ਬਾਹਰੋਂ ਦੇਖਦੇ ਹਾਂ, ਇਸ ਤਰ੍ਹਾਂ ਮਲ ਮੂਤਰ ਦੇ ਰਸਤੇ ਹਨ, ਇਹ ਨੌਮ ਹਨ ਸਾਰੇ, ਇਹ ਸਾਰੇ ਬਾਹਰ ਮੁਖੀ ਹਨ। ਇੱਕ ਦਸਵਾਂ ਵੀ ਹੈ, ਮਹਾਰਾਜ ਕਹਿੰਦੇ ਹਨ
ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਦਸਵਾਂ ਗੁਪਤ ਹੈ, ਉਹ ਸਾਡੇ ਅੰਦਰ ਹੈ। ਉਹ ਗੁਰੂ ਦੀ ਕਿਰਪਾ ਨਾਲ ਖੁੱਲ੍ਹਦਾ ਹੈ। ਜਦੋਂ ਸ਼ਬਦ ਦੀਆਂ ਸ਼ਬਦ ਆਪਾਂ ਜਿਹੋ ਦਰਵਾਜ਼ਾ ਕਿਸੇ ਦਾ ਖੋਲ੍ਹਣਾ ਖੜਕਾਉਂਦੇ ਹਨ, ਖੜਕਾ ਸੁਣ ਕੇ ਉਹ ਖੋਲ੍ਹ ਦਿੰਦਾ ਹੈ। ਇਸ ਤਰ੍ਹਾਂ ਹੀ ਜਦੋਂ ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ ਬਖਸ਼ਿਆ ਨਾਮ ਜਿਹੜਾ ਹੈ, ਇਹ ਟਕਰਾਉਂਦਾ ਹੈ ਨਾ ਜਾ ਕੇ ਅੰਦਰ ਸਾਗੇ, ਤਾਂ ਦਰਵਾਜ਼ਾ ਖੁੱਲ੍ਹ ਜਾਂਦਾ ਹੈ। ਵਾਹਿਗੁਰੂ ਅੰਦਰ ਬੈਠਾ ਹੈ, ਸੱਚਖੰਡ ਵਸੇ ਨਿਰੰਕਾਰ, ਉੱਥੇ ਅੰਦਰ ਵਾਹਿਗੁਰੂ ਬੈਠਾ ਹੈ, ਖੋਲ੍ਹ ਦਿੰਦਾ ਹੈ ਦਰਵਾਜ਼ਾ, ਸੁਰਤ ਅੰਦਰ ਪ੍ਰਵੇਸ਼ ਹੋ ਜਾਂਦੀ ਹੈ। ਦਰਸ਼ਨ ਕਰਕੇ ਨਿਹਾਲ ਹੁੰਦਾ ਹੈ ਇਨਸਾਨ, ਉਸ ਲਈ ਸੁਰਤ ਨਿਹਾਲ ਹੁੰਦੀ ਹੈ ਨਾ, ਮਨ ਕਹਿ ਲਓ, ਮਨ ਦਾ ਸੁਰਤ ਨਾਲ ਸੰਬੰਧ ਹੈ, ਨਿਹਾਲ ਹੁੰਦਾ ਹੈ, ਇੰਜ ਰਹਿਮਤਾਂ ਹੁੰਦੀਆਂ ਜਾਂਦੀਆਂ। ਸੋ ਇਹ ਜਿਹੜੀ ਅਵਸਥਾ ਹੈ ਨਾ ਹਰ ਸ਼ਬਦ ਦੀ ਹੈ, ਇਹ ਘਾਲਣਾ ਤੋਂ ਵਾਅਦਾ ਮਿਲਦੀ ਹੈ। ਖੇਡ ਨਹੀਂ ਹੈ ਕਿ ਕਿਸੇ ਨੂੰ ਕੋਈ ਆਖੇ ਕਿ ਜਿਵੇਂ ਕੋਈ ਕਹੇ ਕਿ ਪਹਿਲਵਾਨ ਨੂੰ ਕਿਸੇ ਨੂੰ ਕਹੇ ਮੇਰੇ ਸਿਰ 'ਤੇ ਹੱਥ ਰੱਖ ਦੇ ਅਤੇ ਮੈਂ ਕੁਸ਼ਤੀ ਲੜਨੀ, ਮੈਂ ਜਿੱਤ। ਪਹਿਲਵਾਨ ਦੇ ਹੱਥ ਰੱਖਣ ਦੇ ਨਾਲ ਨਹੀਂ ਕੁਸ਼ਤੀ ਜਿੱਤ ਸਕਦਾ। ਹਾਂ, ਜੇ ਉਹ ਅਖਾੜੇ 'ਚ ਉਹਦੇ ਨਾਲ ਮਿਲ ਕੇ ਉਹਦੇ ਕੋਲ ਸਿੱਖੇ ਦਾ ਪੇਚ, ਤਾਂ ਫਿਰ ਉਹ ਕੁਸ਼ਤੀ ਜਿੱਤ ਸਕਦਾ। ਇਸ ਤਰ੍ਹਾਂ ਆਪਾਂ ਆਖੀਏ ਕੋਈ ਸਾਡੇ ਸਿਰ 'ਤੇ ਹੱਥ ਰੱਖ ਜਾਵੇ, ਰੱਖ ਦੇਵੇ, ਤਾਂ ਉਹਦੇ ਨਾਲ ਸਾਡੇ ਅੰਦਰੋਂ ਇਹ ਪ੍ਰਗਟ ਹੋ ਜਾਵੇਗਾ, ਅਨਹਦ ਸ਼ਬਦ ਪ੍ਰਗਟ ਹੋ ਜਾਵੇ। ਇੱਦਾਂ ਨਹੀਂ ਹੁੰਦਾ। ਹਰ ਸਾਧੂ, ਹਰ ਗੁਰੂ ਦਾ ਪਿਆਰਾ ਜਿਹੜਾ ਉਹ ਇਹੀ ਕਹੇਗਾ, ਭਾਈ ਸ਼ਬਦ ਦੀ ਘਾਲਣਾ ਘਾਲ, ਜਪ, ਨਾਮ ਜਪ, ਗੁਰਬਾਣੀ ਅਨੁਸਾਰ ਆਪਣਾ ਜੀਵਨ ਜੀਓ, ਵਿਕਾਰਾਂ ਨੂੰ ਤਿਆਗ, ਭੈੜੇ ਜਿਹੜੇ ਖਿਆਲ ਤੇਰੇ ਅੰਦਰ ਇਹਨਾਂ ਨੂੰ ਛੱਡ, ਫਿਰ ਤੇਰੇ ਅੰਦਰ ਵਾਹਿਗੁਰੂ ਦੇ, ਇਹ ਅਨਹਤ ਜੀ ਵਾਹਿਗੁਰੂ ਦੀ ਆਵਾਜ਼ ਹੈ, ਜਦੋਂ ਇਕਾਗਰ ਚਿੱਤ ਹੋਈਦਾ ਉਦੋਂ ਸੁਣਦੀ ਹੈ ਵਾਹਿਗੁਰੂ। ਸੋ ਮਹਾਰਾਜ ਕਹਿੰਦੇ ਕਿ ਅੰਦਰੋਂ ਅੰਦਰ ਜਿਹੜੇ ਅਨਹਰ ਸ਼ਬਦ ਜਿਹੜੇ ਹਨ ਵੱਜਣੇ ਸ਼ੁਰੂ ਹੋ ਜਾਂਦੇ ਹਨ ਵਾਹਿਗੁਰੂ। ਸੱਚੋ ਦੈਦਸ ਪਸਰਿਆ ਗੁਰ ਕੇ ਸਹਿ ਸਵਾਏ, ਫਿਰ ਕੀ ਹੁੰਦਾ ਹੈ, ਅਨਹਤ ਤੋਂ ਹੀ ਜਦੋਂ ਪ੍ਰਗਟ ਹੁੰਦੀ ਹੈ ਨਾ, ਫਿਰ ਇੰਜ ਮਹਿਸੂਸ ਹੁੰਦਾ ਹੈ ਕਿ ਵਾਹਿਗੁਰੂ ਹੀ ਸਾਰੇ ਪਾਸੇ ਹੈ, ਕੋਈ ਥਾਂ ਹੈ ਹੀ ਨਹੀਂ ਜਿੱਥੇ ਵਾਹਿਗੁਰੂ ਨਹੀਂ ਹੈ। ਸਭਨਾ ਦੇ ਵਿੱਚ ਵਾਹਿਗੁਰੂ ਹੈ, ਸਭਨਾ ਦੇ ਵਿੱਚ ਵਾਹਿਗੁਰੂ ਬੋਲ ਰਿਹਾ ਹੈ, ਇਹ ਮਹਿਸੂਸ ਹੋਣ ਲੱਗ ਪੈਂਦਾ ਉਸ ਗੁਰਸਿੱਖ ਨੂੰ ਵਾਹਿਗੁਰੂ। ਨਾਨਕ ਜਿਨ ਅੰਦਰ ਸੱਚ ਹੈ, ਸੇਜਨ ਛਪੇ ਨਾ ਕਿਸੇ ਦੇ ਛਪਾਏ। ਹੁਣ ਜਿਨ੍ਹਾਂ ਨੂੰ ਸਾਧਨਾ ਕਰਦਿਆਂ ਕਰਦਿਆਂ ਕੋਈ ਅਵਸਥਾ ਪ੍ਰਾਪਤ ਹੁੰਦੀ ਹੈ ਨਾ, ਪਹਿਲੀ ਗੱਲ ਤਾਂ ਮਹਾਤਮਾ ਗੱਲ ਘੱਟ ਕਰਦੇ ਹਨ ਕਿਸੇ ਦੇ ਨਾਲ, ਆਪਣੀ ਅਵਸਥਾ ਦੀ ਗੱਲ ਘੱਟ ਕਰਦੇ ਹਨ। ਜੇ ਕਿਤੇ ਕਰਨੀ ਵੀ ਪੈ ਜਾਵੇ ਨਾ, ਫਿਰ ਵੇਖਦੇ ਹਨ ਕਿ ਗੱਲ ਨੂੰ ਸੁਣਨ ਵਾਲਾ, ਇਸ ਨੂੰ ਸਮਝਣ ਵਾਲਾ ਵੀ ਹੈ ਕਿ ਨਹੀਂ। ਜਿਵੇਂ ਦੁਕਾਨਦਾਰ ਗਾਹਕ ਵੇਖ ਕੇ ਉਸ ਨਾਲ ਗੱਲ ਕਰਦਾ ਹੈ, ਫਿਰ ਉਸ ਨੂੰ ਵੇਖ ਕੇ ਕਿਤੇ ਇਹ ਕੇਵਲ ਗੱਲਾਂ ਸੁਣਨ ਵਾਲਾ ਹੀ ਤਾਂ ਨਹੀਂ, ਗੱਲਾਂ ਦਾ ਚਸਕਾ ਤਾਂ ਨਹੀਂ ਇਹਨੂੰ, ਕੁਛ ਕਰਨ ਵਾਲਾ ਵੀ ਹੈ। ਉੱਥੇ ਫਿਰ ਉਹ ਇਹ ਜਿਹੜੇ ਗੋਝ ਗੱਲ ਹੈ ਨਾ ਜਿਹੜੀ, ਇਹ ਫਿਰ ਉੱਥੇ ਗੁਰੂ ਦੇ ਵਰਸੋਏ ਹੋਏ ਮਹਾਤਮਾ ਪੁਰਸ਼ ਜਿਹੜੇ ਉੱਥੇ ਇਹ ਗੱਲ ਕਰਦੇ ਹਨ। ਫਿਰ ਦੂਸਰੀ ਬੇਨਤੀ ਇਹ ਹੈ ਕਿ ਆਪਾਂ ਕੁਝ ਸਿੱਖਣਾ ਹੋਵੇ ਤਾਂ ਟੀਚਰ ਦੇ ਕੋਲ ਜਾਵਾਂਗੇ ਨਾ, ਟੀਚਰ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਆਹ ਚੀਜ਼ ਨਹੀਂ ਆਉਂਦੀ, ਸਾਨੂੰ ਸਮਝਾ ਦਿਓ। ਇਸ ਤਰ੍ਹਾਂ ਹੀ ਜਦੋਂ ਇਹ ਜਿਹੜੀਆਂ ਗੋਝ ਗੱਲਾਂ ਹਨ ਇਹ ਸਿੱਖਣੀਆਂ ਹੁਣ, ਫਿਰ ਸਾਧੂ ਦੇ ਕੋਲ ਆਪ ਜਾਈਦਾ,
ਉੱਥੇ ਜਾ ਕੇ ਫਿਰ ਬੇਨਤੀ ਕਰੀਦੀ ਹੈ ਕਿ ਆਹ ਗੱਲ ਜਿਹੜੀ ਹੈ ਇਹ ਮੈਨੂੰ ਸਮਝਾ ਦਿਓ। ਉਹ ਫਿਰ ਰਸਤਾ ਦੱਸ ਦਿੰਦਾ, ਤਰੀਕਾ ਦੱਸ ਦਿੰਦਾ, ਯੁਗਤੀ ਦੱਸ ਦਿੰਦਾ ਹੈ। ਸੋ ਮਾਰੇ ਕਹਿੰਦੇ ਕਿ ਜਿਹੜਾ ਜਿਹਦੇ ਅੰਦਰ ਸੱਚ ਪ੍ਰਗਟ ਹੋ ਗਿਆ ਨਾ, ਇਹ ਅਨਹਦ ਧੁਨ ਜਿਹੜੀ ਹੈ, ਰੱਬ ਦੀ ਆਵਾਜ਼ ਜਿਹੜੀ ਹੈ ਪ੍ਰਗਟ ਹੋ ਜਾਂਦੀ, ਉਹ ਇਸ ਨੂੰ ਸੁਣਦੇ, ਇਹਦੇ ਵਿੱਚੋਂ ਆਨੰਦ ਮਾਣਦੇ ਹਨ। ਇੱਥੇ ਜਾ ਕੇ ਚੁੱਪ ਹੋ ਜਾਂਦਾ ਹੈ ਬੰਦਾ, ਮਤਲਬ ਨੌ ਦਰ ਠਾਕੇ ਕਿਹਾ ਨਾ, ਨੌ ਦਰ ਬੰਦ ਹੋ ਜਾਂਦੇ ਹਨ। ਬਾਹਰ ਦੀ ਗੱਲ ਕੰਨਾਂ ਨਾਲ ਨਹੀਂ ਸੁਣਦੀ ਹੈ, ਅੱਖਾਂ ਜਿਹੜੀਆਂ ਹਨ ਜੇ ਬਾਹਰ ਖੁੱਲੀਆਂ ਵੀ ਹਨ ਤਾਂ ਵੀ ਕੁਛ ਨਹੀਂ ਵੇਖ ਰਹੀਆਂ, ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਅੱਖਾਂ ਖੁੱਲੀਆਂ ਹਨ। ਇਸ ਤਰ੍ਹਾਂ ਨੱਕ ਹੈ, ਸਾਡਾ ਮੂੰਹ ਹੈ, ਇਹਨਾਂ ਨੂੰ ਬਾਹਰਲੇ ਪਾਸੇ ਸਾਰਾ ਕੁਛ ਬੰਦ ਹੈ। ਸੋ ਇਸ ਤਰੀਕੇ ਦੇ ਨਾਲ ਮਾਰੇ ਕਹਿੰਦੇ ਕਿ ਉਹ ਫਿਰ ਸੰਸਾਰ ਦੇ ਵਿੱਚ ਪ੍ਰਗਟ ਹੋ ਜਾਂਦੇ ਹਨ। ਜੋ ਪ੍ਰਗਟ ਹੁੰਦੇ ਹਨ ਅਤੇ ਨਿੰਦਕ ਲੋਕ ਜਿਹੜੇ ਹੁੰਦੇ ਹਨ, ਕੁਝ ਅਜਿਹੇ ਲੋਕ ਹੁੰਦੇ ਨੇ, ਕਹਿੰਦੇ ਪਖੰਡ ਕਰਦਾ, ਉਹਦੀ ਨਿੰਦਿਆ ਕਰਦੇ ਨੇ, ਵੱਧ ਤੋਂ ਵੱਧ ਵਿਰੋਧ ਕਰਦੇ ਹਨ। ਫਿਰ ਕੀ ਹੁੰਦਾ ਹੈ, ਫਿਰ ਜਿੰਨਾ ਕੁ ਕਰਦੇ ਹਨ ਉਹ ਕਹਿੰਦੇ ਹਨ ਕਿ ਇਹਦੀ ਨਿੰਦਿਆ ਕਰੋ, ਇਹਨੂੰ ਕੋਈ ਪੁੱਛੇ ਨਾ, ਜਿਹੜੀ ਇਹਦੀ ਇੱਜ਼ਤ ਮਾਣ ਹੋ ਰਿਹਾ ਖਤਮ ਹੋ ਜਾਵੇ। ਪਰ ਮਾਰੇ ਕਹਿੰਦੇ ਨਾ, ਛਪੇ ਨਾ ਕਿਸੇ ਦੇ ਛਪਾਏ, ਕਿਸੇ ਦੇ ਅਜਿਹਾ ਕੁਝ ਕਰਨ ਦੇ ਨਾਲ ਉਹ ਛੁਪਦੇ ਨਹੀਂ ਹਨ, ਉਹ ਸਗੋਂ ਹੋਰ ਪ੍ਰਗਟ ਹੋਈ ਜਾਂਦੇ ਹਨ ਜਗਤ ਵਿੱਚ, ਉਹਨਾਂ ਦੀ ਸ਼ੋਭਾ ਸਗੋਂ ਹੋਰ ਵਧੀ ਜਾਂਦੀ ਹੈ। ਨਿੰਦਕ ਲੋਕ ਝੱਖ ਮਾਰ ਮਾਰ ਕੇ ਥੱਕ ਜਾਂਦੇ ਹਨ, ਕੁਛ ਨਹੀਂ ਵਿਗਾੜ ਸਕਦੇ ਉਹਨਾਂ ਦਾ। ਇਹ ਅੱਜ ਸਾਡੇ 'ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਚੌਥੀ ਪੌੜੀ ਦੇ ਰਾਹੀਂ। ਸਮਾਪਤੀ ਦਾ ਸਮਾਂ ਹੋ ਗਿਆ, ਸਤਿਗੁਰੂ ਜੀ ਕਿਰਪਾ ਕਰਨ, ਆਓ ਜਿਹੜਾ ਮਹਾਰਾਜ ਦਾ ਸਾਨੂੰ ਹੁਕਮ ਹੈ, ਏਕੋ ਨਾਮ ਧਿਆਓ, ਨਾਮ ਨੂੰ ਧਿਆਇਆ ਕਰੋ ਗੁਰਸਿੱਖੋ। ਜੇ ਸਵੇਰੇ ਉੱਠ ਕੇ ਧਿਆਓਗੇ ਤਾਂ ਜ਼ਿਆਦਾ ਲਾਭ ਖੱਟੋਗੇ। ਜਦੋਂ ਸਾਰੇ ਘਰ ਦੇ ਸੁੱਤੇ ਹੋਣ ਉਸ ਵੇਲੇ ਉੱਠ ਖੁਲਿਆ ਕਰੋ, ਉਸ ਵੇਲੇ ਉੱਠ ਕੇ ਆਪਣੇ ਧਿਆਨ ਦੇ ਵਿੱਚ ਜੁੜ ਜਾ ਕਰੋ, ਰਸਨਾ ਦੇ ਨਾਲ ਜਾਪ ਕਰੋ। ਦੂਜੇ ਬਿਨਾਂ ਦੁਖੀ ਹੋਣ ਇੰਨਾ ਉੱਚੀ ਵੀ ਨਾ ਕਰੋ, ਲੇਕਿਨ ਇੰਨਾ ਉੱਚੀ ਕਰੋ ਕਿ ਜਿਹੜੀ ਤੁਹਾਨੂੰ ਤੁਹਾਡੀ ਆਵਾਜ਼ ਸੁਣੀ ਜਾਵੇ। ਤੁਸੀਂ ਵਾਹਿਗੁਰੂ ਕਹਿੰਦੇ ਹੋ, ਆਪ ਸੁਣੀ ਜਾਓ ਸਹਿਜ ਵਿੱਚ। ਕਾਲੀ ਨਹੀਂ ਕਰਨੀ, ਸਰੀਰ ਨੂੰ ਨਹੀਂ ਦੁਖੀ ਕਰਨਾ ਹੈ ਆਪਣਾ। ਉਂਝ ਤਾਂ ਨਾਮ ਜਪਣ ਵਾਲਿਆਂ ਦਾ ਸਰੀਰ ਸਤਿਗੁਰੂ ਜੀ ਆਪ ਹੀ ਕਿਰਪਾ ਕਰਕੇ ਠੀਕ ਠਾਕ ਰੱਖਦੇ ਹਨ ਉਹਨਾਂ ਦਾ, ਜਿਹੜਾ ਬਾਕੀ ਜਿਹੜਾ ਹੈ ਨਾ ਬਾਹਰ ਦਾ ਪ੍ਰਭਾਵ ਜਿਹੜਾ ਇਹ ਪੈਂਦਾ ਹੀ ਨਹੀਂ ਉਹਨਾਂ ਦੇ ਉੱਤੇ, ਜਿਹੜੇ ਸਵੇਰੇ ਅੰਮ੍ਰਿਤ ਵੇਲੇ ਜੁੜਨਾ ਸ਼ੁਰੂ ਕਰ ਦਿੰਦੇ ਹਨ। ਸੋ ਇੰਝ ਜਪਣਾ ਕਿਵੇਂ ਹੈ, ਜਿਵੇਂ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ, ਆਪਾਂ ਜਪਦੇ ਵੀ ਹਾਂ, ਸਾਸ ਗਰਾਸ ਜਪਣਾ ਹੈ, ਕਿਉਂਕਿ ਮਹਾਰਾਜ ਦਾ ਹੁਕਮ ਹੈ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾਵੇ। ਜਿਹੜੀ ਗੱਲ ਗੁਰੂ ਮਹਾਰਾਜ ਨੇ ਸਾਨੂੰ ਦੱਸੀ ਉਹਦੇ ਅਨੁਸਾਰ ਜਪਣਾ। ਸਾਸ ਗਰਾਸ ਕੀ ਹੁੰਦਾ ਹੈ, ਆਪਾਂ ਸਾਹ ਅੰਦਰ ਨੂੰ ਲੈਂਦੇ ਹਾਂ, ਬਾਹਰ ਜਾਂਦਾ ਹੈ, ਇਹਨੂੰ ਸਾਸ ਗਰਾਸ ਕਹਿੰਦੇ ਹਨ। ਜਦੋਂ ਆਪਾਂ ਅੰਦਰ ਖਿੱਚਦੇ ਹਾਂ ਸਾਸ, ਤਾਂ ਇਹ ਸਾਸ ਹੋ ਗਿਆ ਸਾਹ, ਜਦੋਂ ਇਹ ਬਾਹਰ ਨਿਕਲਦਾ ਹੈ ਤਾਂ ਇਹ ਗਰਾਸ ਹੋ ਗਿਆ, ਬਾਹਰ ਨਿਕਲਣ ਨੂੰ ਗਰਾਸ ਕਹਿੰਦੇ ਹਨ, ਇਹ ਸਾਸ ਗਰਾਸ ਹੈ। ਸੋ ਪਹਿਲਾਂ ਤਾਂ ਰਸਨਾ ਨੂੰ ਵਰਤਣਾ ਹੈ ਲਗਾਤਾਰ, ਜਦੋਂ ਸੁਰਤੀ 'ਚ ਨਾਮ ਵੱਸ ਜਾਂਦਾ ਹੈ ਨਾ, ਫਿਰ ਆਪਾਂ ਸਵਾਸ ਹੀ ਇਕੱਲੇ ਸਾਹ ਲੈ ਰਹੇ ਹਾਂ, ਅੰਦਰ ਨੂੰ ਖਿੱਚ ਰਹੇ ਹਾਂ, ਵਾਹ
ਬਾਹਰ ਨੂੰ ਆ ਰਿਹਾ ਹੈ ਗੁਰੂ, ਚੁੱਪ ਕੀਤਿਆਂ ਬੋਲਣ ਦੀ ਲੋੜ ਨਹੀਂ ਹੁੰਦੀ, ਉਦੋਂ ਚੁੱਪ ਕੀਤਿਆਂ ਸਵਾਸ ਦੇ ਨਾਲ ਜਿਹੜਾ ਹੈ ਆਪਣੇ ਆਪ ਸੁਰਤੀ ਜਿਹੜੀ ਹੈ ਮੇਲ ਲਈਦੀ ਹੈ। ਪਹਿਲਾਂ ਜਾਪ ਕਰਨਾ ਪੈਂਦਾ, ਸੁਰਤੀ 'ਚ ਤਾਂ ਜਾਂਦਾ ਹੈ ਜੇ ਜਾਪ ਪਹਿਲਾਂ ਲਗਾਤਾਰ ਕਰੀਏ ਕੁਝ ਸਮਾਂ 'ਤੇ। ਸੋ ਇਸ ਕਰਕੇ ਜਦੋਂ ਜਪਣਾ ਹੈ ਤਾਂ ਆਪਾਂ ਆਵਾਜ਼ ਜਿਹੜੀ ਹੈ ਉਹ ਅੰਦਰ ਨੂੰ ਲਿਜਾਣੀ ਹੈ। ਵਾਹ, ਵੇਖੋ ਆਪਾਂ ਅੰਦਰ ਗਏ, ਨਾਲ ਹੀ ਹਵਾ ਸਾਡੇ ਅੰਦਰ ਗਈ, ਸਾਡਾ ਸਾਹ ਅੰਦਰ ਚਲ ਗਿਆ, ਨਾਭੀ ਤੱਕ ਚਲ ਜਾਏਗਾ। ਵਾਹ, ਜਦੋਂ ਆਪਾਂ ਅੰਦਰ ਨੂੰ ਇਹ ਸਾਹ ਖਿੱਚਦੇ ਹਨ, ਨਾਲ ਆਵਾਜ਼ ਵੀ ਕੱਢਦੇ ਹਾਂ, ਤਾਂ ਇਹ ਦੇਖੋ ਸਾਡੀ ਧੁੰਨੀ ਥੋੜ੍ਹੀ ਜਿਹੀ ਹਿਲਦੀ ਹੈ, ਅੰਦਰ ਨੂੰ ਖਿੱਚ ਪੈਂਦੀ ਹੈ। ਵਾਹ, ਫਿਰ ਉੱਪਰ ਨੂੰ ਆ ਜਾਂਦੀ ਹੈ ਸਾਰੀ ਹਵਾ ਨੇ, ਬਾਹਰ ਨਿਕਲਣਾ ਹੈ ਨਾ, ਅੰਦਰ ਜਾ ਕੇ ਫਿਰ ਬਾਹਰ ਨਿਕਲਦੀ ਹੈ। ਗੁਰੂ ਇਹਨੂੰ ਕਹਿੰਦੇ ਸਾਸ ਗ੍ਰਾਸ। ਇਹ ਇੰਝ ਮਹਾਰਾਜ ਨੇ ਸਾਨੂੰ ਤਰੀਕਾ ਇਹ ਦੱਸਿਆ ਹੈ ਕਿ ਇੰਜ ਕਰੋ, ਸਾਸ ਸਾਸ ਅਗਲੀ ਗੱਲ ਆ ਜਾਂਦੀ ਹੈ, ਫਿਰ ਇਹ ਇੱਦਾਂ ਆਵਾਜ਼ ਦੀ ਲੋੜ ਨਹੀਂ ਰਹਿ ਜਾਂਦੀ, ਫਿਰ ਸਵਾਸਾਂ ਦੇ ਨਾਲ ਸੁਰਤੀ ਜੋੜ ਕੇ ਫਿਰ ਤੁਸੀਂ ਲੰਮੇ ਪਏ ਹੋ ਤਾਂ ਉੱਥੇ ਤੁਸੀਂ ਇੱਦਾਂ ਸਵਾਸਾਂ ਨਾਲ ਆਪਣਾ ਧਿਆਨ ਜੋੜ ਕੇ ਫਿਰ ਇਸ ਤਰੀਕੇ ਨਾਲ ਵੀ ਸਿਮਰਨ ਕਰ ਸਕਦੇ ਹੋ। ਥੋੜ੍ਹਾ ਕਰੋ, ਪਰ ਕਰੋ ਠੀਕ ਤਰੀਕੇ ਨਾਲ, ਯੁਕਤੀ ਨਾਲ ਕਰੋ, ਅਤੇ ਉਹ ਇੰਝ ਸਮਝੋ ਕਿ ਮੈਂ ਮਹਾਰਾਜ ਦੀ ਹਜ਼ੂਰੀ 'ਚ ਹੈ, ਮੈਂ ਵਾਹਿਗੁਰੂ ਨੂੰ ਆਵਾਜ਼ਾਂ ਮਾਰ ਰਿਹਾ, ਵਾਹ ਗੁਰੂ, 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 ਵਾਹ ਵਾਹ ਗੁਰੂ, 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 ਵਾਹ
ਵਾਹਿਗੁਰੂ, 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 ਵਾਹਿ
ਗੁਰੂ ਵਾਹਿਗੁਰੂ 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 ਵਾਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।